ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਜਾਣਾ ਆ ਮੰਡੀ, ਇੱਕ ਤਾਂ ਕੈਮਰੇ ਦਾ ਪਤਾ ਕਰਨਾ ਆ ਜਾਂ ਫੋਨ ਲੈਣਾ ਨਵਾਂ, ਅਤੇ ਹੋਰ ਇੱਕ ਦੋ ਕੰਮ ਆ, ਅਤੇ ਦੇਖੋ ਨੇ ਚੱਲਦੇ ਹਾਂ ਤੁਹਾਨੂੰ ਲੈ ਕੇ ਮੰਡੀ। ਪਦਮਪੁਰ ਆ ਗਏ ਆਪਾਂ, ਐਂਟਰੀ ਕਰ ਲਈ ਆ ਪਦਮਪੁਰ, ਨੇੜੇ ਹੀ ਆ ਆਪਣੇ ਪਦਮਪੁਰ, ਬਸ 5-7 ਕਿਲੋਮੀਟਰ ਆ, ਆਪਾਂ 5-7 ਮਿੰਟ ਹੀ ਲੱਗਦੇ ਆ ਪਦਮਪੁਰ ਨੂੰ। ਅਤੇ ਦਿਖਾਉਂਦੇ ਹਾਂ ਵੀ ਤੁਹਾਨੂੰ ਕੀ ਲੈਂਦੇ ਹਾਂ, ਅਤੇ ਬਾਜ਼ਾਰ ਘੁੰਮਦੇ ਦਿਖਾਉਂਦੇ ਹਾਂ ਤੁਹਾਨੂੰ ਫਿਰ। ਦੇਖੋ ਬੰਦਾ ਕੰਮ ਦਾ ਟਾਈਮ ਆ, ਅਤੇ ਦੇਖੋ ਇੱਦਾਂ ਆਰਾਮ ਨਾਲ ਲੰਬਾ ਪਿਆ। ਕੰਮ ਹੈ ਨਹੀਂ ਤੈਨੂੰ ਕੋਈ? ਹੈਂ, ਕਰਾਂਗੇ ਕਦੋਂ ਕਰੇਗਾ? ਉਦੋਂ ਪਹਿਲਾਂ ਨਹੀਂ ਹੁੰਦਾ ਵੀ 12:15 ਕੰਮ ਕਰਨ? ਉਦੋਂ ਪਹਿਲਾਂ ਨਹੀਂ। ਅੱਛਾ, ਠੀਕ ਆ ਠੀਕ ਆ, ਆਰਾਮ ਨਾਲ। ਆਹ ਦੇਖੋ ਕੂਲਰ ਲਾਇਆ ਆ, ਆਰਾਮ ਨਾਲ ਪਿਆ ਆ, ਕੋਈ ਹਾਲ ਨਹੀਂ ਬੰਦੇ ਦਾ। ਹੋਰ ਕੀ ਹਾਲ ਆ? ਵਧੀਆ ਭਾਈ, ਮੋਜਾਂ ਵਾਹ, ਬਹਿ ਜਾਓ। ਆ ਗਿਆ ਸਵਾਦ, ਕੂਲਰ ਮੂਹਰੇ ਬੈਠੇ ਆਰਾਮ ਨਾਲ। ਆਹਾ, ਨਹੀਂ ਤਾਂ ਮੰਡੀ ਆਉਣ ਨੂੰ ਤਾਂ ਜੀ ਨਹੀਂ ਕਰਦਾ ਗਾ ਉਨਾ ਚਿਕਰ। ਇਹ ਤਾਂ ਵਧੀਆ ਕੂਲਰ ਕਾਲਰ ਲੱਗਿਆ, ਆਰਾਮ ਨਾਲ ਬਹਿ ਜਾਈਦਾ ਇੱਥੇ। ਆਹਾ, ਹੋਰ ਕੀ ਕੰਮ ਕਰ ਚੱਲਦਾ? ਨਹੀਂ ਫੋਨ ਚਲਾਉਣਾ ਰਹਿਣਾ ਆ, ਤਾਂ ਕੋਈ ਕੰਮ ਕਰ ਲਿਆ ਕਰ। ਆਉਣਗੇ ਆਪਣੇ ਵੀ ਵੀਡੀਓ 'ਤੇ ਆਉਣਗੇ ਕਿਸੇ ਦਿਨ, ਆਪਾਂ ਨੂੰ ਵੀ ਲੋਕ ਮਿਲਣ ਆਇਆ ਕਰਨਗੇ ਵੀ ਅਸੀਂ ਤੁਹਾਡੇ ਫੈਨ ਆ। ਆਪਣੇ 'ਤੇ ਵੀ ਟਾਈਮ ਆਊਗਾ। ਤੇਲ ਹੁੰਦਾ ਉਸ ਵਿੱਚ ਵੀ ਹੁੰਦਾ, ਮੈਂ ਨਹੀਂ ਕਿ ਆਪਣਾ ਉਹ ਮਹਿੰਗੀ ਬਹੁਤ ਪੜੇਗੀ ਜੀ। ਦੇਖੋ ਬਾਈ ਵੇਚਣ ਆਇਆ ਗੁਜਰਾਤ ਤੋਂ ਬਦਾਮ ਤੇ ਅਖਰੋਟ, ਅਗੋਰੂ ਲੈ ਰਿਹਾ ਆ, ਤੇ ਮੈਂ ਲੈ ਲਿਆ ਕਿਲੋ, ਹੁਣ ਅਗੋਰੂ ਲੈ ਰਿਹਾ ਆ। ਨਹੀਂ ਚੀਜ਼ ਤਾਂ ਵਧੀਆ ਆ, ਮਾੜੀ ਨੀ ਗੀ, ਚੀਜ਼ ਤਾਂ ਵਧੀਆ ਆ। ਹੁਣ ਚੱਲਦੇ ਹਾਂ ਜੀ ਆਪਾਂ ਬਾਜ਼ਾਰ 'ਚ ਫੋਨਾਂ ਵਾਲੀ ਦੁਕਾਨ 'ਤੇ, ਜਾ ਕੇ ਦੇਖਦੇ ਹਾਂ ਵੀ ਕਿਹੜਾ ਕਿਹੜਾ ਫੋਨ ਆ ਪਸੰਦ ਆਉਂਦਾ ਆ, ਜਾ ਕੇ ਦੇਖਦੇ ਹਾਂ। ਦੇਖੋ ਬਾਜ਼ਾਰ 'ਚ ਭੀੜ, ਐਸ ਗਲੀ 'ਚ ਇੰਨੀ ਭੀੜ ਹੁੰਦੀ ਹੈ ਨਾ, ਦੇਖੋ ਇੱਥੇ ਤਾਂ ਲੰਘਣਾ ਟੱਪਣਾ ਹੀ ਔਖਾ ਆ। ਹਾਂ ਦੇਖੋ ਵਿਚਾਲੇ ਲੋਕਾਂ ਨੇ ਗੱਡੀਆਂ ਲਾਈਆਂ ਹੋਈਆਂ ਆ, ਬੰਦਾ ਲੰਘੇ ਗਏ ਦੀ ਲੈ। ਹੁਣ ਆਹ ਗੱਡੀ ਵਾਲਾ ਵਿੱਚ ਆ ਗਿਆ। ਹੁਣ ਆ ਗਏ ਆਪਾਂ ਫੋਨਾਂ ਵਾਲੀ ਦੁਕਾਨ 'ਤੇ। ਆਹ ਬੰਦਾ ਫੋਨ ਵਾਲਾ, ਹੋਰ ਕੀ ਹਾਲ ਆ? ਹਾਂ ਦੇਖੋ ਫੋਨ
ਵੇਖਦੇ ਕਿਹੜਾ ਪਸੰਦ ਆਉਂਦਾ ਆਪਾਂ ਨੂੰ। ਲੋ ਜੀ ਜਵਾਕਾਂ ਵਾਸਤੇ ਫਲ ਫਲੂਟ ਲੈ ਲਿਆ ਆ ਅਤੇ ਫੋਨ ਤਾਂ ਮਿਲਿਆ ਨਹੀਂ ਜਿਹੜਾ ਆਪਾਂ ਲੈਣਾ ਸੀਗਾ ਅਤੇ ਉਹ ਕਹਿੰਦੇ ਕੱਲ੍ਹ ਮਿਲੂਗਾ। ਚਲੋ ਫੋਨ ਕੱਲ੍ਹ ਲੈ ਜਾਵਾਂਗੇ ਅਤੇ ਹੁਣ ਚੱਲਦੇ ਹਾਂ ਫਿਰ। ਹੈ ਦੇਖੋ ਪਦਮਪੁਰ 'ਚ ਭੀੜ, ਚੰਡੀਗੜ੍ਹ ਹੀ ਬਣਿਆ ਪਿਆ, ਇੰਨੀ ਭੀੜ ਰਹਿਣ ਲੱਗ ਗਈ ਨਾ ਪਦਮਪੁਰ 'ਚ। ਦੇਖੋ ਸਾਧਨ ਇੱਥੋਂ ਸਬਜ਼ੀ ਲੈਂਦੇ ਹਾਂ, ਸਬਜ਼ੀ ਲੈ ਕੇ ਅਤੇ ਫਿਰ ਚੱਲਦੇ ਹਾਂ। ਰੁਪਈਏ ਆਲੂ ਹਾਂ ਚੱਲਦੇ ਹਾਂ ਘਰ ਨੂੰ। ਆਪਾਂ ਨਾ ਬੰਦਾ ਰੱਖਿਆ ਇੱਕ ਨਵਾਂ, ਉਹਦਾ ਸਮਾਨ ਲੈ ਕੇ ਆਉਣਾ ਆ 32 ਅਮਲ ਤੋਂ, ਅਤੇ 2-2.5 ਤਾਂ ਮੈਨੂੰ ਇੱਥੇ ਬਚ ਗਏ ਆ ਪਦਮਪੁਰ ਗਏ ਤਾਂ ਹੁਣ ਗਰਮੀ 'ਚ ਜਾਣਾ ਪੈਣਾ ਆ ਅਤੇ ਜਾਣਾ ਵੀ ਟਰੈਕਟਰ ਟਰਾਲੀ 'ਤੇ ਆ, ਵੀ ਟਰੈਕਟਰ ਟਰਾਲੀ 'ਤੇ ਸਮਾਨ ਆਊਗਾ ਉਹਦਾ, ਅਤੇ ਗਰਮੀ ਉੱਤੋਂ ਬਹੁਤ ਜ਼ਿਆਦਾ ਆ ਅਤੇ ਦੇਖਦੇ ਹਾਂ ਹੁਣ ਕੀ ਬਣਦਾ ਆ। ਚੱਲਦੇ ਹਾਂ ਹੁਣ, ਚੱਲਦੇ ਹਾਂ ਆਪਾਂ ਟਰੈਕਟਰ ਲੈ ਕੇ 32 ਅਮਲ ਲਿਆਉਣੇ ਜਾ ਕੇ। ਬੰਦਾ ਮੰਗੂ ਆ ਗਿਆ ਆ, ਆਹ ਮੰਗੂ ਆ ਗਿਆ ਆ, ਹੁਣ ਚੱਲਦੇ ਹਾਂ। ਲੈ ਪਹਿਲਾਂ ਤੇਲ ਤਾਂ ਦੇਖ ਟਰੈਕਟਰ 'ਚ। ਹਾਂ ਕੋਈ ਨਹੀਂ ਆ ਬਾਅਦ 'ਚ ਦੇਖ, ਆਹ ਇਹਦੀ ਹੁੱਕ ਵੀ ਪਾ ਲਓ ਨਾਲੇ, ਕਿਉਂਕਿ ਆ ਪਵਾ ਯਾਰ ਹੁੱਕ, ਆਹ ਹੁੱਕ ਪਾਈਏ। ਸਮਾਨ ਰੱਖ ਲਿਆ ਆ ਬੰਦੇ ਦਾ, ਹੁਣ ਚੱਲਦੇ ਹਾਂ ਆਪਾਂ ਪਿੰਡ ਨੂੰ। ਸ਼ਾਮ ਹੋ ਗਈ ਆ, ਚੱਲਦੇ ਹਾਂ ਹੁਣ ਆਪਾਂ ਪਿੰਡ ਨੂੰ। ਲਓ ਜੀ ਘਰੇ ਆ ਗਏ ਸੀਗੇ ਅਤੇ ਰਾਤ ਹੋ ਗਈ ਸੀਗੀ, ਅਤੇ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਕਰਿਓ ਅਤੇ ਚੈਨਲ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਕਰਿਓ। ਥੈਂਕ ਯੂ ਜੀ।